ਕਮਿਸ਼ਨਰ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕਟ ਬਰਸਟ ਕੀਤਾ ਗਿਆ ਜੀ, ਜਿਹਦੇ ਵਿੱਚ 2 ਦੋਸ਼ੀ ਗ੍ਰਿਫਤਾਰ ਕੀਤੇ ਆ ਔਰ 5 ਪਾਸਪੋਰਟ ਬਰਾਮਦ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਨੇ। ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26,70,000 ਦੀ ਮਨੀ ਵੀ ਬਰਾਮਦ ਕੀਤੀ ਗਈ ਹੈ, ਜਿਹੜੀ ਕਿ ਇਸ ਪਰਪਸ ਲਈ ਗਈ ਸੀ। ਬਾਕੀ ਤਫਤੀਸ਼ ਚੱਲ ਰਹੀ ਹੈ। ਕਿੰਨੇ ਦਿਨ ਦੇ ਰਿਮਾਂਡ ਤੇ? ਇਹ 5 ਦਿਨ ਦੇ ਰਿਮਾਂਡ ਤੇ ਸੀ। ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ? ਆਪਣੇ ਲੋਕਾਂ ਤੋਂ, ਏਜੰਟਸ ਤੋਂ, ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ, ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ, ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ, ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ, ਪੈਸੇ ਲੈ ਜਾਂਦੇ ਸੀ। ਉਹਨਾਂ ਨੂੰ ਨੋਮੀਨੇਟ ਕੀਤਾ ਜਾਊਗਾ ਜਿਹੜੇ ਲੋਕਲ ਕੋਈ ਨਾਮ ਆਉਣਗੇ ਜੀ ਵਿੱਚ, ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਾਂਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ, ਕੀ ਹੈਗਾ, ਉਹ ਸਾਰੇ ਵੈਰੀਫਾਈ। ਹਾਲੇ ਤੱਕ ਟੋਟਲ ਕਿੰਨੀਆਂ ਨੇ ਨੋਮੀਨੇਟ ਹੋ ਚੁੱਕੇ ਨੇ? ਨਹੀਂ, ਹਾਲੇ ਤੱਕ ਇਹ 'ਚ ਕੋਈ ਨੋਮੀਨੇਟ ਨਹੀਂ ਹੋਇਆ ਜੀ। 2 ਬੰਦੇ ਗ੍ਰਿਫਤਾਰ ਕੀਤੇ, ਹੁਣ ਤਫਤੀਸ਼ ਚੱਲ ਰਹੀ, ਅੱਗੇ ਚੱਲਾਂਗੇ ਜਿਵੇਂ ਜਿਵੇਂ ਮੂਵ ਹੋਏ। ਠੀਕ ਹੈ, ਥੈਂਕ ਯੂ।